ਹੁਣ ਤਾਂ ਰੋਂਦਾ ਚੱਲਦੇ ਆ, ਅਮੀਰ ਹੁੰਦੇ ਆ ਪੂਰੇ ਵੀ ਅੱਜ ਕੁਛ ਨਵਾਂ ਕੁਛ ਹੋਊਗਾ ਕੋਰਟ ਦੇ ਵਿੱਚ, ਸਾਨੂੰ ਹਰ ਵਾਰ ਨਿਰਾਸ਼ਾ ਹੀ ਕਰਨੀ ਪੈਂਦੀ ਹੈ। ਅੱਜ ਦੀ ਪੂਰੀ ਮਤਲਬ ਬੀਸੀ ਰਾਹੀਂ ਸਾਰੇ ਜਿਹੜੇ ਦੋਸ਼ੀ ਪੇਸ਼ ਹੋਏ, ਇੱਕ ਸਚਿਨ ਬਿਭਾਗੀ ਹੈ ਜਿਹੜਾ ਉਹ ਜਿੱਦਾਂ ਕਿ ਅੰਮ੍ਰਿਤਸਰ ਪੇਸ਼ ਹੋਇਆ, ਅਗਲੀ ਤਰੀਕ ਹੈ ਜਿਹੜੀ ਉਹ ਵੀ ਦਸ ਤਰੀਕ ਦਿੱਤੀ ਹੈ, ਅਤੇ ਉਹੀ ਚੱਲ ਰਿਹਾ ਸਿਸਟਮ ਜਿਹੜਾ ਹੈਗਾ ਸਰ, ਪ੍ਰਸ਼ਾਸਨ ਦੀ ਢਿੱਲ ਮਾਸਾ ਜੀ ਸਾਰੀ ਇਹ ਪੇਸ਼ ਕਰਨ ਦੀ ਕੋਈ ਬਾਹਲੀ ਵੱਡੀ ਗੱਲ ਵੀ ਨਹੀਂ ਹੈਗੀ ਜੀ, ਕਿਉਂਕਿ ਹੁਣ ਆਈ ਵਾਰੀ ਕੋਈ ਨਾ ਕੋਈ ਰੀਜ਼ਨ ਜਿਹਾ ਨਿਕਲਿਆ ਆਉਂਦਾ, ਇਸ ਕਰਕੇ ਨਹੀਂ ਹੋਇਆ ਅਤੇ ਇਸ ਕਰਕੇ ਨਹੀਂ ਹੋਇਆ। ਹੁਣ ਤਾਂ ਰੋਂਦਾ ਚੱਲਦੇ ਆ, ਅਮੀਰ ਹੁੰਦੇ ਆ ਪੂਰੇ ਵੀ ਅੱਜ ਕੁਛ ਨਵਾਂ ਕੁਛ ਹੋਊਗਾ ਕੋਰਟ ਦੇ ਵਿੱਚ, ਸਾਨੂੰ ਹਰ ਵਾਰ ਨਿਰਾਸ਼ਾ ਹੀ ਕਰਨੀ ਪੈਂਦੀ ਹੈ। ਦੇਖੋ ਜਿਵੇਂ ਹੁਣ ਬੀ ਸੀ ਰਾਹੀਂ ਹਰ ਇੱਕ ਜੇਲ੍ਹ ਦੇ ਵਿੱਚ ਸੁਵਿਧਾ ਹੈਗੀ ਆ ਬੰਦੇ ਨੂੰ ਪੇਸ਼ ਕਰਨ ਦੀ, ਹਾਲਾਂਕਿ ਫਿਜ਼ੀਕਲ ਵੀ ਬੀ ਸੀ ਰਾਹੀਂ ਤਾਂ ਪੇਸ਼ ਕਰ ਸਕਦੇ ਨੇ ਕਿ ਬੀ ਸੀ ਰਾਹੀਂ ਵੀ ਬੜੀ ਮੁਸ਼ਕਿਲ ਨਾਲ ਹੁੰਦਾ, ਤੁਸੀਂ ਹਲੇ ਦੇਖ ਲਓ ਹਲੇ 3:30 ਵਜੇ ਇੱਕ ਬੰਦਾ ਪੇਸ਼ ਹੋਣਾ, ਹਲੇ ਉਹ ਵੀ ਪੈਂਡਿੰਗ ਹੈ ਹਲੇ ਇੱਕ, ਬੀ ਸੀ ਰਾਹੀਂ ਕਿਹੜਾ ਸੌਖਾ ਕੰਮ। ਮੀਡੀਆ ਦੇ ਜ਼ਰੀਏ ਅਦਾਲਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਹਰ ਵਾਰ ਨਿਰਾਸ਼ਾ ਹੁੰਦੀ ਹੈ? ਮੈਂ ਤਾਂ ਅਦਾਲਤਾਂ ਨੂੰ ਵੀ ਮੰਨ ਲਓ ਕੋਰਟ ਨੂੰ ਵੀ ਇਹ ਗੱਲ ਕਰਾਂ ਵੀ ਇਹਨੂੰ ਕਿਸੇ ਤਰੀਕੇ ਫਾਸਟ ਟਰੈਕ ਦੇ ਉੱਤੇ ਚਲਾਇਆ ਜਾਵੇ, ਸਰਕਾਰ ਨੂੰ ਵੀ ਇੱਕ ਦੋ ਵਾਰੀ ਬੇਨਤੀ ਕੀਤੀ ਵੀ ਮੁਕੱਦਮੇ 'ਚ ਤੇਜ਼ੀ ਲਿਆਉਣ ਦੇ ਵਾਸਤੇ, ਕਿਉਂਕਿ ਇੰਨਾ ਵੱਡਾ ਜਿਹੜਾ ਕੇਸ ਹੈ ਔਰ ਇੰਨੇ ਜ਼ਿਆਦਾ ਦੋਸ਼ੀ ਨੇ, ਇਸ ਸਪੀਡ ਦੇ ਨਾਲ ਤਾਂ ਫਿਰ ਕੋਈ ਨਾ ਕੋਈ ਵਿਘਨ ਪੈਂਦਾ ਹੀ ਰਹੂਗਾ, ਕਿਉਂਕਿ ਫਿਰ ਇਹ ਤਾਂ ਬਹੁਤ ਲੰਬਾ ਚਲਾ ਜਾਊਗਾ ਕੇਸ। ਤਾਂ ਮੇਰੀ ਤਰਫ ਤੋਂ ਇਹੀ ਅਪੀਲ ਕਰਦਾ ਮੈਂ ਮਾਨਯੋਗ ਕੋਰਟ ਨੂੰ ਵੀ ਸਰਕਾਰ ਨੂੰ ਵੀ ਵੀ ਇਹਨੂੰ ਕੇਸ ਨੂੰ ਫਸਟ ਟਰੈਕ। ਸਿੱਧੂ ਮੂਸੇਵਾਲੇ ਦੀ ਪੇਸ਼ੀ 'ਚ ਅੱਜ ਜਿਹੜਾ ਹੈਗਾ ਸਚਿਨ ਬਿਭਾਨੀ ਨੂੰ ਕਿਸੇ ਟੈਕਨੀਕਲ ਕਾਰਨ ਕਰਕੇ ਜੈਪੁਰ ਜੇਲ੍ਹ 'ਚ ਹੈਗੇ ਉਹਨੂੰ ਪੇਸ਼ ਨਹੀਂ ਕੀਤਾ ਜਾ ਸਕਿਆ, ਅਤੇ 3:30 ਵਜੇ ਜਿਹੜਾ ਹੈਗਾ ਦੀਪਕ ਟੀਨੂ ਨੂੰ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ 19/10/2023 ਜਿਹੜੀ ਹੈਗੀ ਉਹ 'ਚ ਪੇਸ਼ੀ ਨਿਸ਼ਚਿਤ ਕੀਤੀ ਹੈ। ਅੱਜ ਜਿਹੜਾ ਹੈਗਾ ਜੱਗੂ ਜਿਹੜਾ ਇਹਦੇ ਵਿੱਚ ਹੈਗਾ ਜੱਗੂ ਭਗਵਾਨਪੁਰੀ ਹੈਗਾ, ਉਹਨਾਂ ਦੇ ਕੌਂਸਲ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਹੈਗੀ ਹੈ ਕਿ ਜਿਹੜੇ ਸਾਨੂੰ ਚਲਾਨ ਦੀਆਂ ਕਾਪੀਆਂ ਜਿਹੜੀਆਂ ਪ੍ਰੋਪਰ ਵਿਜ਼ੀਬਲ ਨਹੀਂ ਮਿਲੀਆਂ ਹੈਗੀਆਂ, ਤਾਂ ਕਿ ਜਿਹੜਾ ਐਟ ਦੀ ਟਾਈਮ ਆਫ ਫਰੇਮਿੰਗ ਚਾਰਜ ਅਸੀਂ ਉੱਥੇ ਆਰਗੂਮੈਂਟ ਕਰਨਾ, ਅਤੇ ਸਾਨੂੰ ਉਹ ਜਿਹੜੀਆਂ ਹੈਗੀਆਂ ਕਾਪੀਜ਼ ਜਿਹੜੀਆਂ ਕੁਛ ਡਾਕੂਮੈਂਟ ਘੱਟ ਮਿਲੇ ਜਾਂ ਵਿਜੀਬਲ ਨਹੀਂ ਮਿਲੇ ਹੈਗੇ ਉਹ ਪ੍ਰੋਵਾਈਡ ਕਰਾਏ ਜਾਣ, ਅਤੇ ਇਹ ਐਪਲੀਕੇਸ਼ਨ ਅੱਜ ਉਹਨਾਂ ਦੀ ਕੌਂਸਲ ਨੇ ਫਾਈਲ ਮੂਵ ਕੀਤੀ ਹੈਗੀ ਹੈ। ਅਤੇ ਸਰਕਾਰੀ ਵਕੀਲ ਸਾਹਿਬ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਹੈਗੀ ਇਸ ਕੇਸ 'ਚ ਕਿ ਜਿਹੜਾ ਪਿੱਛੇ ਜੇ ਹੈਗਾ ਇੱਕ ਜੋਗਿੰਦਰ ਸਿੰਘ ਜੋਗਾ ਦਾ ਸਪਲੀਮੈਂਟਰੀ ਚਲਾਨ ਮਾਨਯੋਗ CGM ਅਦਾਲਤ 'ਚ ਪੇਸ਼ ਕੀਤਾ ਗਿਆ ਸੀਗਾ ਕਿ ਉਹ ਕੇਸ ਨੂੰ ਵੀ ਜਿਹੜਾ ਹੈਗਾ ਚਲਾਨ ਨੂੰ ਕਾਲ ਕਰਕੇ ਕਮਿਟ ਕਰਕੇ ਸੈਸ਼ਨ ਕੋਰਟ 'ਚ ਮੰਗਾਇਆ ਜਾਵੇ ਤਾਂ ਕਿ ਇਸ ਕੇਸ 'ਤੇ ਜਿਹੜਾ ਹੈਗਾ ਚਾਰਜ ਫਰੇਮ ਹੋ ਸਕੇ। ਟੋਟਲ ਕਿੰਨੇ ਪੇਸ਼ ਕੀਤੇ ਸੀ, ਅਗਲੀ ਪੇਸ਼ੀ ਕਦੋਂ ਆਉਣਾ? ਟੋਟਲ ਨੰਬਰ ਆਫ ਸਾਰੇ ਅਕਿਊਜ਼ ਇਨਕਲੂਡਿੰਗ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀ ਸਾਰਿਆਂ ਨੂੰ ਪੇਸ਼ ਕੀਤਾ ਗਿਆ। ਸਿਰਫ ਸਚਿਨ ਭਗਵਾਨੀ ਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਉਹਨੂੰ ਕਿਸੇ ਟੈਕਨੀਕਲ ਇਸ਼ੂ ਕਰਕੇ ਨਹੀਂ ਪੇਸ਼ ਕੀਤਾ ਗਿਆ, ਅਤੇ ਬਠਿੰਡਾ ਜੇਲ੍ਹ 'ਚ ਜਿਹੜਾ ਦੀਪਕ ਟੀਨੂ ਬੰਦ ਹੈਗਾ ਉਹਨਾਂ ਨੇ ਇੱਕ ਵਾਰੀ 3:30 ਵਜੇ ਦਾ ਟਾਈਮ ਲੈ ਲਿਆ ਸੀ ਕਿ ਅਸੀਂ 3:30 ਵਜੇ ਉਹਨੂੰ ਪੇਸ਼ ਕਰ ਦਾਂਗੇ, ਉਹਨਾਂ ਨੂੰ ਪੇਸ਼ ਕਰ ਚੁੱਕੇ ਨੇ। ਉਸ ਤੋਂ ਬਾਅਦ ਜਿਹੜੀ ਹੈਗੀ 19/10 ਜਿਹੜੀ ਇਹ 'ਚ ਪੇਸ਼ੀ ਨਿਸ਼ਚਿਤ ਕੀਤੀ ਗਈ।